देखो सरकारी बसा आ रही हैं या नहीं आ रही हैं, पंजाब का पता लगता भी की कर रहे ने। प्रवेश वास्ता कोई दिन च दो बसा आ सारिया ही बसा आने फिर ही सहूलत हो लेडी जी ने, बसा ही ना आनगियां तो सहूलत कहदी होगी जी। हाँ जी इंतजार बहुत करना पैंदा, चार चार घंटे बस नहीं आती रोडवेज तो। ਤਨੌਲੇ ਤੋਂ ਚੜੇ ਤੇ ਅਸੀਂ ਮਹਦਮ ਦੇ ਉਤਰਿਆ ਨੋਰਮਲ ਬੱਸਾਂ ਜਿਹੜੀਆਂ ਬਿਨਾਂ ਏਸੀ ਤੋਂ ਉਹਨਾਂ ਦੇ ਵਿੱਚ ਇਹ ਜਿਹੜਾ ਹੈਗਾ ਫ੍ਰੀ ਆ। ਪੰਜਾਬ ਸਰਕਾਰ ਵੱਲੋਂ 8 ਮਾਰਚ 2021 ਨੂੰ ਮਹਿਲਾ ਦਿਵਸ ਦੇ ਮੌਕੇ ਤੇ ਜਿਹੜਾ ਔਰਤਾਂ ਨੂੰ ਮੁਫਤ ਫਰੀ ਦੇ ਵਿੱਚ ਬੱਸ ਸਫ਼ਰ ਕਰਨ ਦੀ ਜਿਹੜੀ ਸੀਗੀ ਉਹ ਸਹੂਲਤ ਦਾ ਐਲਾਨ ਕੀਤਾ ਸੀਗਾ, ਜਿਹਨੂੰ ਅੱਜ ਜਿਹੜਾ ਹੈਗਾ 1 ਅਪ੍ਰੈਲ ਨੂੰ ਅਮਲੀ ਜਾਮਾ ਜਿਹੜਾ ਪਹਿਨਾ ਦਿੱਤਾ ਗਿਆ ਗਾ। ਅੱਜ ਤੋਂ ਔਰਤਾਂ ਲਈ PRTC ਦੀਆਂ ਬੱਸਾਂ ਦੇ ਵਿੱਚ ਜਾਂ ਪਣ ਬੱਸਾਂ ਜਿੰਨੀਆਂ ਵੀ ਸਰਕਾਰੀ ਬੱਸਾਂ ਸਾਰੀਆਂ ਸਰਕਾਰੀ ਬੱਸਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਫ਼ਰ ਆ ਉਹ ਬਿਲਕੁਲ ਫਰੀ ਕੀਤਾ ਕਰ ਦਿੱਤਾ ਗਿਆ ਗਾ। ਅੱਜ ਤੋਂ ਜਿਹੜੇ ਇਹ ਹੁਕਮ ਆ ਉਹ ਲਾਗੂ ਹੋ ਚੁੱਕੇ ਹੈਗੇ। ਇਸ ਟਾਈਮ ਅਸੀਂ ਖੜ੍ਹੇ ਰਾਮਪੁਰਾ ਫੂਲ ਸ਼ਹਿਰ ਦੇ ਬੱਸ ਸਟੈਂਡ ਦੇ ਵਿੱਚ, ਕੁਝ ਔਰਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹ ਕੀ ਮਹਿਸੂਸ ਕਰ ਰਹੀਆਂ ਗੇ ਇਸ ਨੂੰ ਲੈ ਕੇ। ਅੱਜ ਜਿਹੜਾ ਹੈਗਾ ਜੀ ਬੱਸ ਸਫ਼ਰ ਫਰੀ ਕੀਤਾ ਗਿਆ ਗਾ ਪੰਜਾਬ ਸਰਕਾਰ ਵੱਲੋਂ, ਅੱਜ ਤੋਂ ਸ਼ੁਰੂ ਹੋ ਗਿਆ, ਕੀ ਕਹਿਣਾ ਤੁਹਾਡਾ? ਅਸੀਂ ਫਰੀ ਕਹਿੰਦੇ ਹਾਂ ਜੀ, ਫਰੀ ਜਾਵਾਂਗੇ, ਫਰੀ ਆਵਾਂਗੇ। ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਵਧੀਆ ਕੰਮ ਕੀਤਾ ਗੌਰਮੈਂਟ? ਬਹੁਤ ਵਧੀਆ ਜੀ, ਬਹੁਤ ਵਧੀਆ ਕੰਮ ਕੀਤਾ। ਕਹਿੰਦੇ ਵੀ ਇਹਦੇ ਨਾਲ ਜਿਹੜਾ ਹੈਗਾ ਗਾ ਕਾਫੀ ਔਰਤਾਂ ਨੂੰ ਫਾਇਦਾ ਹੋਊਗਾ, ਬੜਾ ਵਧੀਆ ਜਿਹੜਾ ਉਪਰਾਲਾ ਗਾ ਪੰਜਾਬ ਸਰਕਾਰ ਨੇ ਕੀਤਾ ਗਾ। ਜਿਹੜਾ ਅੱਜ ਪੰਜਾਬ ਸਰਕਾਰ ਨੇ ਇੱਕ ਬੱਸ ਸਫ਼ਰ ਦੀ ਸਹੂਲਤ ਦਿੱਤੀ ਆ ਜੀ ਸਪੈਸ਼ਲ ਲੇਡੀਜ਼ ਵਾਸਤੇ, ਅੱਜ ਤੋਂ ਜਿਹੜਾ ਹੈਗਾ ਕਿ ਸ਼ੁਰੂ ਹੋ ਚੁੱਕਿਆ ਹਰ ਇੱਕ ਸਰਕਾਰੀ ਬੱਸ ਦੇ ਵਿੱਚ, ਕੀ ਕਹਿਣਾ ਤੁਹਾਡਾ? ਹਾਂਜੀ ਬਹੁਤ ਵਧੀਆ ਹੋਇਆ ਲੇਡੀਜ਼ ਨੂੰ, ਤਾਂ ਸਰਕਾਰ ਨੇ ਥੋੜ੍ਹਾ ਜਿਹਾ ਲੇਟ ਕੀਤਾ ਪਰ ਬਹੁਤ ਵਧੀਆ ਕੀਤਾ। ਕਾਫੀ ਇਹਦੇ ਨਾਲ ਜਿਹੜਾ ਹੈਗਾ ਕਿ ਆਰਥਿਕ ਜਿਹੜਾ ਬੋਝ ਉਹ ਵੀ ਘਟੂਗਾ ਜੀ? ਹਾਂਜੀ ਘਟੂਗਾ, ਸਹੀ ਫਰਕ ਤਾਂ ਪਊਗਾ। ਦੇਖੋ ਸਰਕਾਰੀ ਬੱਸਾਂ ਆ ਰਹੀਆਂ ਜਾਂ ਨਹੀਂ ਆ ਰਹੀਆਂ, ਪੰਜਾਬ ਦਾ ਪਤਾ ਲੱਗਦਾ ਵੀ ਕੀ ਕਰ ਰਹੇ ਨੇ। ਰੋਡਵੇਜ਼ ਵਾਸਤਾ ਕੋਈ ਦਿਨ 'ਚ ਦੋ ਬੱਸਾਂ ਆਉਂਦੀਆਂ ਸਾਰੀਆਂ ਹੀ, ਅਤੇ ਬੱਸਾਂ ਆਉਣਗੀਆਂ ਫਿਰ ਹੀ ਸਹੂਲਤ ਹੋਊ ਲੇਡੀ ਜੀ ਨੂੰ, ਅਤੇ ਬੱਸਾਂ ਹੀ ਨਾ ਆਉਣਗੀਆਂ ਤਾਂ ਸਹੂਲਤ ਕਾਹਦੀ ਹੋਊਗੀ ਜੀ? ਹਾਂਜੀ ਇੰਤਜ਼ਾਰ ਬਹੁਤ ਕਰਨਾ ਪੈਂਦਾ, ਚਾਰ ਚਾਰ ਘੰਟੇ ਬੱਸ ਨਹੀਂ ਆਉਂਦੀ ਰੋਡਵੇਜ਼ ਤਾਂ। ਇਹਨਾਂ ਦਾ ਕਹਿਣਾ ਕਿ ਜਿਹੜੀਆਂ ਕਿ ਬੱਸਾਂ ਦੇ ਟਾਈਮ ਜਿਹੜੇ ਹੈਗੇ ਆ ਕਿ ਕਾਫੀ ਜ਼ਿਆਦਾ ਘੱਟ ਆ ਗਏ, ਪ੍ਰਾਈਵੇਟ ਬੱਸਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਆ ਗਈ, ਔਰ ਜਿਹੜੀਆਂ PRTC ਦੀਆਂ ਜਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਗੀਆਂ ਉਹਨਾਂ ਦੀ ਜਿਹੜੀ ਗਿਣਤੀ ਹੈਗੀ ਉਹ ਘੱਟ ਗਿਣਤੀ ਦੇ ਵਿੱਚ ਜਿਹੜੀਆਂ ਹੈਗੀਆਂ ਗੀਆਂ ਆਉਂਦੀਆਂ ਗੀਆਂ, ਉਹਨਾਂ ਦੀ ਜਿਹੜੀ ਸੰਖਿਆ ਗੀ ਉਹ ਵੀ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਮੰਗ ਆ ਕਿ ਜਿਹੜੀਆਂ ਗੌਰਮੈਂਟ ਬੱਸਾਂ ਗੀ ਉਹਨਾਂ ਦੀ ਗਿਣਤੀ ਵੀ ਜਿਹੜੀ ਹੈਗੀ ਆ ਵਧਾਈ ਜਾਵੇ। ਕਿਸੇ ਵੀ ਕਾਊਂਟਰ 'ਤੇ ਇੱਕ ਵੀ ਜਿਹੜੀ ਹੈਗੀ ਆ ਕੋਈ ਸਰਕਾਰੀ ਜਾਂ ਜਿਹੜੀ ਸਰਕਾਰੀ ਜਾਂ ਪਣ ਬੱਸ ਦੀ ਜਾਂ PRTC ਦੀ ਕੋਈ ਵੀ ਬੱਸ ਇਸ ਟਾਈਮ ਜਿਹੜੀ ਹੈਗੀ ਨਹੀਂ ਇੱਥੇ ਕਾਊਂਟਰ ਦੇ ਉੱਪਰ ਲੱਗੀ ਵੀ, ਸਵਾਰੀਆਂ ਇੰਤਜ਼ਾਰ ਕਰ ਰਹੀਆਂ ਗੀਆਂ ਕਿ ਕੋਈ ਜਿਹੜੀ ਹੈਗੀ ਆ PRTC ਦੀ ਬੱਸ ਆਵੇ ਅਤੇ ਉਹਦੇ ਵਿੱਚ ਜਿਹੜੀ ਹੈਗੀ ਆ ਕਿ ਮੁਫਤ ਸਫ਼ਰ ਜਿਹੜਾ ਹੈਗਾ ਕਰ ਸਕਣ। PRTC ਦੀਆਂ ਜਿੰਨੀਆਂ ਵੀ ਸਰਕਾਰੀ ਬੱਸਾਂ ਗੀਆਂ ਉਹਨਾਂ ਦੇ ਵਿੱਚ ਹਰ ਇੱਕ ਵਰਗ ਦੀ ਔਰਤ ਨੂੰ ਉਹ ਮਾਫ਼ ਰਹੂਗਾ, PRTC ਆ ਚਾਹੇ ਪਣ ਬੱਸ ਆ, ਸਿਰਫ ਜਿਹੜੀਆਂ AC ਬੱਸਾਂ ਗੀਆਂ ਜਾਂ ਵੋਲਵੋ ਬੱਸਾਂ ਗੀਆਂ PRTC ਜਾਂ ਪੰਜਾਬ ਰੋਡਵੇਜ਼ ਦੀਆਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਪੂਰੀ ਟਿਕਟ ਜਿਹੜੀ ਹੈਗੀ ਹੈਗੀ ਉਹ ਔਰਤਾਂ ਨੂੰ ਦੇਣੀ ਪਊਗੀ। ਪਰ ਇਹਦੇ ਨਾਲ ਇੱਕ ਹੋਰ ਵੀ ਆ ਕਿ ਆਧਾਰ ਕਾਰਡ ਜ਼ਰੂਰ ਰੱਖਣਾ ਪਊਗਾ। ਤੁਸੀਂ PRTC ਦੇ ਵਿੱਚ ਸਫ਼ਰ ਕੀਤਾ ਜੀ ਅੱਜ? ਠੀਕ ਹੈ ਜੀ। ਤੁਹਾਡੀ ਟਿਕਟ ਲੱਗੀ ਆ? ਨਹੀਂ ਜੀ, ਆਧਾਰ ਕਾਰਡ ਲੈਤਾ ਜੀ। ਆਧਾਰ ਕਾਰਡ ਦੇਖਿਆ? ਪੂਰੀ ਟਿਕਟ ਨਹੀਂ ਕੱਟੀ? ਨਹੀਂ ਜੀ। ਤੁਸੀਂ ਸਫ਼ਰ ਕੀਤਾ ਜੀ ਅੱਜ PRTC ਦੇ ਵਿੱਚੋਂ, ਤੁਸੀਂ ਆ ਉਤਰੇ ਹੋ, ਤੁਹਾਡੀ ਟਿਕਟ ਕੱਟੀ ਗਈ ਇਹਦੇ ਵਿੱਚ? ਹਾਂਜੀ ਆਧਾਰ ਕਾਰਡ ਹੈ ਨਹੀਂ ਸੀਗਾ। ਆਧਾਰ ਕਾਰਡ ਹੈ ਨਹੀਂ ਸੀਗਾ? ਹਾਂਜੀ। ਠੀਕ ਹੈ ਜੀ। ਜਿਹੜਾ ਫਰੀ ਬੱਸ ਸਫ਼ਰ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ, ਜਿਹਨੂੰ ਅੱਜ ਤੋਂ ਅਮਲੀ ਜਾਮਾ ਜਿਹੜਾ ਪਹਿਨਾਇਆ ਗਿਆ ਗਾ, ਤੁਸੀਂ ਦੇਖ ਸਕਦੇ ਹੋ ਕਿ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਲੇਡੀਜ਼ ਹੈਗੀਆਂ ਉਹ ਇਸ ਬੱਸ ਦੇ ਵਿੱਚ ਬੈਠੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਗੀਆਂ, ਸਟੂਡੈਂਟ ਵੀ ਕੁਛ ਬੈਠੇ ਹੈਗੇ। ਤੁਹਾਡਾ ਜਿਹੜਾ ਹੈਗਾ ਕਿਰਾਇਆ ਅੱਜ ਲਿਆ ਗਿਆ? ਨਹੀਂ ਨਹੀਂ ਲਿਆ ਗਿਆ। ਨਹੀਂ। ਤੁਸੀਂ ਕਿਸ ਜਗ੍ਹਾ ਤੋਂ ਇਸ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ? ਤਪੇ ਤੋਂ ਚੜ੍ਹੇ।
ਬਹੁਤ ਜ਼ਿਆਦਾ ਕਿਰਾਇਆ ਲੱਗਦਾ ਸੀਗਾ ਤੇ ਬਹੁਤ ਵਧੀਆ ਲੱਗਿਆ ਜੀ ਕਿਉਂਕਿ ਬਠਿੰਡੇ ਤੱਕ ਜਾਂਦੇ ਬਹੁਤ ਜ਼ਿਆਦਾ ਕਿਰਾਇਆ ਸੀ ਨਾ ਇਸ ਨਾਲ ਬਹੁਤ ਜ਼ਿਆਦਾ ਫਰਕ ਪਿਆ ਵਧੀਆ ਲੱਗਿਆ ਜੀ ਕਹਿੰਦੇ ਕਾਫੀ ਜਿਹੜਾ ਆਰਥਿਕ ਬੋਝ ਹੈਗਾ ਉਹ ਵੀ ਘਟੂਗਾ ਕਿਉਂਕਿ ਜਿਹੜਾ ਬੱਸ ਕਿਰਾਇਆ ਕਾਫੀ ਜ਼ਿਆਦਾ ਇਸ ਟਾਈਮ ਵੱਧ ਚੁੱਕਿਆ ਸੀਗਾ ਲੇਡੀ ਨੂੰ ਵੱਡੀ ਸਹੂਲਤ ਦਿੱਤੀ ਗਈ ਹੈਗੀ ਪੰਜਾਬ ਸਰਕਾਰ ਵੱਲੋਂ ਮਹਿਲਾ ਦਿਵਸ ਦੇ ਮੌਕੇ ਦੇ ਉੱਪਰ 8 ਮਾਰਚ 2021 ਨੂੰ ਜਿਹੜਾ ਐਲਾਨ ਕੀਤਾ ਗਿਆ ਸੀਗਾ ਕਿ ਜਿਹੜਾ ਹੈਗਾ ਗਾ ਔਰਤਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਜਿਹੜੀ ਹੈਗੀ ਹੈਗੀ ਮੁਫਤ ਬੱਸ ਸਰਵਿਸ ਜਿਹੜੀ ਸਹੂਲਤ ਹੈਗੀ ਉਹ ਦਿੱਤੀ ਜਾਊਗੀ ਜਿਹਨੂੰ ਅੱਜ ਅਮਲੀ ਜਾਮਾ ਪੰਜਾਬ ਸਰਕਾਰ ਨੇ ਪਹਿਨਾ ਦਿੱਤਾ ਗਾ ਅੱਜ 1 ਅਪ੍ਰੈਲ ਆ 1 ਅਪ੍ਰੈਲ ਤੋਂ ਜਿਹੜਾ ਹੈਗਾ ਗਾ ਇਹ ਲਾਗੂ ਹੋ ਚੁੱਕਿਆ ਗਾ ਬਿਲਕੁਲ ਜਿਹੜੀ ਮੁਫਤ ਸਫ਼ਰ ਦੀ ਸਹੂਲਤ ਆ ਉਹ ਸਰਕਾਰੀ ਬੱਸਾਂ ਦੇ ਸ਼ੁਰੂ ਹੋ ਗਈ ਆ ਪਰ ਇਹਦੇ ਨਾਲ ਜਿਹੜੇ ਹੈਗੇ ਆ ਕੋਈ ਵੀ ਮਹਿਲਾ ਹੈਗੀ ਉਹਨੂੰ ਆਪਦਾ ਸ਼ਨਾਖਤੀ ਪੱਤਰ ਆਧਾਰ ਕਾਰਡ ਜਾਂ ਕੋਈ ਵੋਟਰ ਕਾਰਡ ਜਾਂ ਡਰਾਈਵਰ ਲਾਇਸੈਂਸ ਉਹ ਰੱਖਣਾ ਜ਼ਰੂਰੀ ਹੋਵੇਗਾ ਜੇਕਰ ਉਹਨਾਂ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਉਹਨਾਂ ਨੂੰ ਜਿਹੜੀ ਹੈਗੀ ਆ ਇਹਨਾਂ ਬੱਸਾਂ ਦੇ ਵਿੱਚ ਟਿਕਟ ਦੇ ਕੇ ਸਫ਼ਰ ਕਰਨਾ ਪਊਗਾ ਅਦਰਵਾਈਜ਼ ਜਿਹੜਾ ਹੈਗਾ ਗਾ ਪੂਰੀ ਤਰ੍ਹਾਂ ਜਿਹੜਾ ਇਹ ਜਿਹੜੀਆਂ ਹੈਗੀਆਂ ਗੀਆਂ ਫਰੀ ਬਿਲਕੁਲ ਫਰੀ ਆਫ ਕੋਸਟ ਬੰਦ ਜਿਹੜੀਆਂ ਔਰਤਾਂ ਗੀਆਂ ਉਹ ਸਫ਼ਰ ਕਰਨਗੀਆਂ ਇਹਨਾਂ ਬੱਸਾਂ ਦੇ ਵਿੱਚ ਇਹੀ ਹਦਾਇਤ ਆਈ ਹੈ ਜੀ ਵੀ ਲੇਡੀਜ਼ ਨੂੰ ਜਿਹੜਾ ਕਿਰਾਇਆ ਉਹ ਮਾਫ਼ ਕਰ ਦਿੱਤਾ ਗਿਆ ਅਤੇ ਇਹਨਾਂ ਦਾ ਆਧਾਰ ਕਾਰਡ ਦੇਖਣਾ ਜ਼ਰੂਰੀ ਹੈ ਜੀ ਕਿ ਉਹ ਪੰਜਾਬ ਦੇ ਵਸਨੀਕ ਆ ਇਸ ਦੇ ਤੌਰ 'ਤੇ ਅਸੀਂ ਟਿਕਟ ਕੱਢਦੇ ਹਾਂ ਉਹ ਵੀ ਪ੍ਰੋਪਰ ਹਦਾਇਤਾਂ ਜਿਹੜੀਆਂ ਹੈਗੀਆਂ ਉਹ ਆ ਚੁੱਕੀਆਂ ਗੀਆਂ ਹਰ ਇੱਕ ਡੀਪੂ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਹਦੀ ਪਹੁੰਚ ਚੁੱਕੀ ਗਈ ਹੈ GM ਸਾਹਿਬ ਵੱਲੋਂ ਵੀ ਜਿਹੜਾ ਹੈਗਾ ਕਿ ਲੈਟਰ ਉਹ ਕੱਢੇ ਗਏ ਆ ਬਕਾਇਦਾ ਬੱਸਾਂ ਦੇ ਕੰਡਕਟਰਾਂ ਨੂੰ ਜਿਹੜਾ ਨੋਟ ਕਰਵਾਇਆ ਗਿਆ ਗਾ ਆਧਾਰ ਕਾਰਡ ਦੇਖਣਾ ਇਹਨਾਂ ਨੇ ਕਹਿਣਾ ਕਿ ਆਧਾਰ ਕਾਰਡ ਦੇਖਣਾ ਜ਼ਰੂਰੀ ਆ ਆਧਾਰ ਕਾਰਡ ਤੋਂ ਬਿਨਾਂ ਜਿਹੜੀ ਹੈਗੀ ਹੈਗੀ ਉਹ ਪੂਰੀ ਰੇਟ ਲੱਗੂਗੀ ਮਾਤਾ ਜੀ ਤੁਸੀਂ ਇਸ ਬੱਸ ਦੇ ਵਿੱਚੋਂ ਉਤਰਿਓਗੇ ਤੁਹਾਡੀ ਟਿਕਟ ਕੱਟੀ ਗਈ ਅੱਜ ਨਾ ਵੀ ਮੈਂ ਕੱਟੀ ਨਹੀਂ ਹੈਗੀ ਕੱਟੀ ਨਹੀਂ ਗਈ ਨਾ ਹਾਂ ਤੁਹਾਡੇ ਕੋਲ ਕੋਈ ਆਈ ਕਾਰਡ ਵਗੈਰਾ ਦੇਖਿਆ ਗਿਆ ਮੇਰੇ ਕੋਲ ਘਰ ਆਹੋ ਆਧਾਰ ਕਾਰਡ ਵੀ ਹੈ ਵੋਟ ਕਾਰਡ ਵੀ ਹੈ ਠੀਕ ਹੈ ਇਹ ਜਿਹੜੀ ਸਹੂਲਤ ਦਿੱਤੀ ਹੈ ਸਰਕਾਰ ਨੇ ਵਧੀਆ ਕੰਮ ਕੀਤਾ ਹਾਂ ਵਧੀਆ ਹੀ ਹੈ ਪੁੱਤ ਕਾਫੀ ਫਰਕ ਪਿਆ ਜਿਹਨਾਂ ਕੋਲ ਹੁਣ ਕੋਈ ਪੈਸਾ ਹੁੰਦਾ ਨੂਣ ਲੈਣ ਵੀ ਪੁੱਤ ਵਧੀਆ ਹੋਰ ਰਾਮਪੁਰ ਦੇ ਸੰਗਰੂਰ ਤੋਂ 100 ਰੁਪਏ ਲੱਗ ਜਾ ਉਹ ਬਚਿਆ ਹਨਾ ਬਹੁਤ ਵਧੀਆ ਹੋਇਆ ਬਾਈ ਆਧਾਰ ਕਾਰਡ ਕੋਈ ਵੀ ਆਈਡੀ ਪਰੂਫ ਰੱਖਣਾ ਜ਼ਰੂਰੀ ਆ ਜਿਹੜੀਆਂ ਸਿਰਫ ਨੌਨ ਏਸੀ ਬੱਸਾਂ ਗੀਆਂ ਉਹਨਾਂ ਦੇ ਵਿੱਚ ਇਹ ਲਾਗੂ ਕੀਤਾ ਗਿਆ ਚਾਹੇ ਉਹ ਪਣ ਬੱਸ ਦੀ ਹੋਵੇ ਚਾਹੇ ਪੰਜਾਬ ਰੋਡਵੇਜ਼ ਹੋਵੇ ਚਾਹੇ PRTC ਦੀ ਹੋਵੇ ਸਾਰੀਆਂ ਬੱਸਾਂ ਦੇ ਵਿੱਚ ਜਿਹੜਾ ਮੁਫਤ ਬੱਸ ਸਫ਼ਰ ਔਰਤਾਂ ਲਈ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈਗਾ ਕੋਈ ਵੀ ਆਈਡੀ ਪਰੂਫ ਤੁਹਾਡੇ ਕੋਲ ਹੋਵੇ ਆਧਾਰ ਕਾਰਡ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਫਿਰ ਇਹ ਬਿਲਕੁਲ ਜਿਹੜਾ ਹੈਗੇ ਆ ਨਾਰਮਲ ਬੱਸਾਂ ਜਿਹੜੀਆਂ ਬਿਨਾਂ ਏਸੀ ਤੋਂ ਉਹਨਾਂ ਦੇ ਵਿੱਚ ਇਹ ਜਿਹੜਾ ਹੈਗਾ ਫ੍ਰੀ ਆ ਠੀਕ ਹੈ ਇਸ ਤਰ੍ਹਾਂ ਦੇਖਦੇ ਤੁਸੀਂ ਜਿਹੜੀ ਸਹੂਲਤ ਸ਼ੁਰੂ ਕੀਤੀ ਹੈ ਬਹੁਤ ਵਧੀਆ ਵੀਰੇ ਹਾਂ ਆਰਥਿਕ ਬੋਝ ਘਟੂਗਾ ਜੀ ਘਟੂਗਾ ਜੀ ਹਾਂਜੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹੋਰ ਵੀ ਔਰਤਾਂ ਦੇ ਨਾਲ ਮੈਡਮ ਤੁਸੀਂ ਅੱਜ ਤੋਂ ਜਿਹੜਾ ਹੈਗਾ ਬੱਸ ਸਫ਼ਰ ਫ੍ਰੀ ਕਰ ਦਿੱਤਾ ਗਿਆ PRTC ਦੇ ਸਰਕਾਰੀ ਕੋਈ ਵੀ ਬੱਸ ਆ ਕੀ ਕਹਿਣਾ ਤੁਹਾਡਾ ਅਸੀਂ ਕਹਿ ਧੰਨਵਾਦ ਕਰਦੇ ਹਾਂ ਕੈਪਟਨ ਸਾਹਿਬ ਦਾ ਹਾਂਜੀ ਇਹਦੇ ਨਾਲ ਕੋਈ ਆਰਥਿਕ ਬੋਝ ਵੀ ਘਟੂਗਾ ਜੀ ਹਾਂਜੀ ਇਹ ਕਹਿੰਦੇ ਜੀ ਇਹ ਵਧੀਆ ਉਪਰਾਲਾ ਗਾ ਜਿਹੜਾ ਹੈਗਾ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਸਹੂਲਤਾਂ ਸ਼ੁਰੂ ਕੀਤੀ ਗਈ ਆ ਇਹਦੇ ਨਾਲ ਕਾਫੀ ਜਿਹੜਾ ਹੈਗਾ ਆਰਥਿਕ ਬੋਝ ਵੀ ਘਟੂਗਾ ਔਰ ਲੋਕਾਂ ਨੂੰ ਵੀ ਇਹਦੇ ਵਿੱਚ ਵੱਡੀ ਪੱਧਰ 'ਤੇ ਜਿਹੜਾ ਹੈਗਾ ਗਾ ਚਾਹੇ ਉਹ ਕਿਸੇ ਵੀ ਉਮਰ ਦੀ ਮਹਿਲਾ ਗੀ ਜਾਂ ਕੋਈ ਪੜ੍ਹਨ ਵਾਲੇ ਵਿਦਿਆਰਥੀ ਆ ਜਾਂ ਕੋਈ ਸੀਨੀਅਰ ਸਿਟੀਜਨ ਆ ਹਰ ਜੀਰੋ ਤੋਂ ਲੈ ਕੇ ਮਤਲਬ ਕਿ ਸੀਨੀਅਰ ਸਿਟੀਜਨ ਤੱਕ ਜੋ ਵੀ ਔਰਤਾਂ ਸਫ਼ਰ ਕਰਨਗੀਆਂ ਸਰਕਾਰੀ ਬੱਸਾਂ ਦੇ ਵਿੱਚ ਉਹਨਾਂ ਨੂੰ ਇਹ ਕਾਫੀ ਵੱਡੀ ਜਿਹੜੀ ਸਹੂਲਤ ਆ ਗਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆ ਇਹ ਬਠਿੰਡਾ ਡਿਪੂ ਦੀ ਬੱਸ ਹੈ ਜੀ ਤੁਹਾਨੂੰ ਵੀ ਕੋਈ ਇੰਸਟਰਕਸ਼ਨਾਂ ਜਿਹੜੀਆਂ ਹੈਗੀਆਂ ਅੱਜ ਤੁਹਾਡੇ ਡਿਪਾਰਟਮੈਂਟ ਵੱਲੋਂ ਦਿੱਤੀਆਂ ਗਈਆਂ ਹਾਂਜੀ ਸਾਨੂੰ ਜਿਵੇਂ ਦਿੱਤਾਂ ਗਈਆਂ ਜਿਵੇਂ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਪੰਜਾਬ ਦੇ ਆਪਣੇ ਰਾਜ ਦੀਆਂ ਹੈਗੀਆਂ ਔਰਤਾਂ ਉਹਨਾਂ ਦਾ ਆਧਾਰ ਕਾਰਡ ਵਗੈਰਾ ਚੈੱਕ ਕਰਕੇ ਉਹਨਾਂ ਨੂੰ ਦੇਖ ਕੇ ਕਿ ਉਹਨਾਂ ਨੇ ਫ੍ਰੀ ਟਿਕਟ ਉਹਨਾਂ ਨੂੰ ਲੈ ਜਾਣਾ ਉਹਨਾਂ ਨੂੰ ਜੀਰੋ ਬੈਲੈਂਸ ਵਾਲੀ ਟਿਕਟ ਉਹਨਾਂ ਨੂੰ ਜਾਰੀ ਕਰਨੀ ਹੈ ਕਿੱਥੋਂ ਚੜ੍ਹੇ ਹੈ ਕਿੱਥੇ ਤੱਕ ਉਹਨਾਂ ਨੇ ਸਫ਼ਰ ਕਰਨਾ ਉਹਨਾਂ ਨੂੰ ਅੱਗੇ ਟਿਕਟ ਜਾਰੀ ਕਰਨੀ ਹੈ ਸਵਾਰੀ ਵੀ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਵਧੂਗੀ ਬੱਸਾਂ ਦੇ ਵਿੱਚ ਹਾਂਜੀ ਸਵਾਰੀ ਤਾਂ ਵਧੂਗੀ ਜੀ ਮੰਨ ਕੇ ਚਲੋ ਜਦੋਂ ਫ੍ਰੀ ਹੋਇਆਗਾ ਤਕਰੀਬਨ ਸਵਾਰੀ ਤਾਂ ਲੇਡੀਜ਼ ਸਵਾਰੀ ਨੂੰ ਤਾਂ ਭੱਜ ਕੇ ਜੀ ਆਪਣੇ ਰੋਡ ਵਿਵਸਥਾ ਹੀ ਚੜੂਗੀ ਸਵਾਰੀ ਪੂਰੀ ਵਧੂਗੀ ਤੁਹਾਡੇ ਨਾਲ ਵੀ ਜਿਹੜੀਆਂ ਲੇਡੀਜ਼ ਨੇ ਅੱਜ ਕਿਸੇ ਨੇ ਸਫ਼ਰ ਕੀਤਾ ਉਹ ਉਹਨਾਂ ਦੇ ਵਿੱਚੋਂ ਕੋਈ ਇਸ ਤਰ੍ਹਾਂ ਹੈ ਵੀ ਜਿਹਦੇ ਕੋਲ ਆਧਾਰ ਕਾਰਡ ਨਾ ਹੋਵੇ ਤੁਹਾਡੇ ਵੱਲੋਂ ਡੇਟ ਕੱਟੀ ਗਈ
हाँ जी एक सवारी कोई है नहीं सी उन्होंने अपने भुचो तक सफ़र किया। मैं उन्होंने पूछा भी आधार कार्ड, वो कहते साढ़े को है नहीं गा, तो उन्होंने टिकट कटवा ली कोई, उन्होंने कोई बहस नहीं की, टिकट उन्होंने अपने आप कटवा ली। ये ऑनलाइन जो किसी कोनलाइन आधार कार्ड आ तो वह मन जाऊगा कि नहीं? ऑनलाइन देखो जी जिमें किसी को ऑनलाइन जाओ किसी की फोटो होंगी है, किसी को फोटो पई होंगी हैगी फोटो देख के, तो बाकी पुछ गिछ की जाती कॉल करके साढ़े डी आई रूम च भी उन्होंने को फोटो हैगी जी किमें करिए, जिमें अगे दसेंगे सानू उस हिसाब न अभी अगे उन्हें टिकट कट्टनी है जीरो बैलेंस वाली जारी करनी उदा अभी करा। तो कहते भी जिस तरह साढ़े को जो जो सरकार गाइडलाइन आनगियाँ वो मुताबक असी है गा इस लागू किया गा, जीरो बैलेंस की टिकट आ जी इन वालों क्ढ़ी जा रही हैगी। तुम देख सकते हो कि काफ़ी गिनती के जड़िया लेडीज है वो तरजीह दे रही है पी आर टी सी दसा, मतलब कि वेट हो रही है लोगों वालों भी पी आर टी सी आऊगी तो असं चढ़ा। देख सकते हो कि काफ़ी लेडीज जगह सवार हो रही पी आर टी सी दसा के लगता कि जेदे जी गिनती हैगी काफ़ी ज़्यादा बधूगी। बेटे अज जी सफर की सहूलत शुरू की गई है पंजाब सरकार वालों, तुम किस नजर में? हाँ जी जो स्टार्ट किया इन्होंने गवर्नमेंट वालों चंगी स्टार्टिंग है, आई थिंक इसलिए ये काफ़ी जनों फायदा होएगा स्पेशली लेडीज लिए जो किया गया। तुम भी सफ़र कर रहे हो इस बस के की महसूस कर रहे हो? काफ़ी अच्छा फील हो रहा है, आई थिंक चलना काफ़ी पहला स्टार्ट हो जाना चाहिए सी पर हूँ हो रहा तो काफ़ी अच्छा है। थैंक यू। काफ़ी पहला कहते जोड़ा है गा स्टार्ट होना चाहिए, सरकार ने बड़ी देर नी शुरुआत की आ, तुम देख सकते हो कि जी काफ़ी लेडीज सवारी हैगी अच्छ पी आर टी सी तरजीह दे रही हैगी, पी आर टी सी के काफ़ी वही गिनती दे लेडीज अच आना जाना पहले दिन तो शुरू हो गया, लेडीज के बड़ा उत्साह गा अच सहूलत है जी। जी हाँ जी वधिया लगता जी, आधार कार्ड तो जी मैं लिया नहीं गा, आधार कार्ड कहते मैं लिया भुल गई आधार कार्ड, चलो हौली हौली एको दिन के लोगों ये बारे पता लग जूगा। काफ़ी उत्साह देखने मिल रहा रामपुरा फूल के बस स्टैंड के इस टाइम खड़े आगे, सवारियों भी गल की आ जिहड़े इन्हां दे पी आर टी सी दे कंडक्टर जां ड्राइवर आ उन्हां नाल भी गल करन दी कोशिश की आ, कोई भी शनाख्ती जिहड़ा प्रूफ हैगा वह तुहानूं नाल रखना पऊगा, आधार कार्ड वोटर कार्ड पैन कार्ड जां तुहाडा जिहड़ा हैगा गा ड्राइविंग लाइसेंस वगैरह ये तुहानूं रखना पऊगा दिखाउण वास्ते। 1 अप्रैल तो इस स्कीम नूं जिहड़ा हैगा अमली जामा पहना दिता गया पंजाब सरकार वल्लों, महिला दिवस के मौके के उपर जिहड़ा ऐलान किया गया सी पंजाब सरकार वल्लों कि औरतों जी सरकारी बसों के सफ़र की सहूलत मुफ्त दी जाऊगी, जिहड़ियां वोल्वो बसा जां ए सी बसा गिया उन्होंने जी है कि पूरी टिकट लगेगी, बाकी पंजाब राज दे विच किते भी कोई औरत आ गई सफ़र करना चाहती है तो अज तो जिहड़ा सफ़र आ वह बिल्कुल सरकारी बसों के फ्री किया जा चुका है।